ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸਪਿਰਿਚੁਅਲ ਜਿਹੇ ਸੈਗਮੈਂਟ ਵਿੱਚ ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਉਂਗੇ ਭਾਈ ਹਰਜਿੰਦਰ ਸਿੰਘ ਸਭਰਾ ਨਾਲ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ ਅੱਜ ਦਾ ਵਿਸ਼ਾ ਜਿਸਦੇ ਬਾਰੇ ਇਹਨਾਂ ਨਾਲ ਗੱਲਬਾਤ ਕਰਾਂਗੇ ਉਸ ਦੀ ਬੜੀ ਅਹਿਮਤ ਹੈ ਕਿਉਂਕਿ ਅੰਮ੍ਰਿਤ ਵੇਲਾ ਸਚਨਾ ਉਹ ਵਡਿਆਈ ਵਿਚਾਰ ਰਹੀ ਕਹਿੰਦੇ ਆ ਕੀ ਸਿਰਫ ਅੰਮ੍ਰਿਤ ਵੇਲੇ ਦੀ ਹੀ ਵਡਿਆਈ ਹੈ ਕੀ ਹਰ ਸਮੇਂ ਅਸੀਂ ਉਸ ਰੱਬ ਨੂੰ ਧਿਆਣਾ ਹੈ ਇਸੇ ਸੰਬੰਧ ਵਿੱਚ ਆਓ ਜਾਣਕਾਰੀ ਲੈਣੇ ਆ ਭਾਈ ਹਰਜਿੰਦਰ ਸਿੰਘ ਸਭਰਾ ਤੋਂ ਜੀ ਹਨ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੰਮ੍ਰਿਤ ਵੇਲੇ ਦੀ ਜਿਹੜੀ ਮਹੱਤਤਾ ਹੈ ਜੀ ਇਹ ਬਾਰ ਬਾਰ ਦੁਹਰਾਈ ਜਾਂਦੀ ਹੈ ਹੈਗੀ ਵੀ ਇਹ ਕਿਉਂਕਿ ਉਸ ਸਮਾਂ ਕਾਂਤ ਹੁੰਦਾ ਹੈ ਉਸ ਸਮੇਂ ਮਨ ਜਿਹੜਾ ਹੈਗਾ ਇਹਨਾਂ ਸ਼ਾਂਤ ਹੁੰਦਾ ਹੈ ਇਧਰ ਉਧਰ ਭੱਜਦਾ ਨਹੀਂ ਇਹ ਕਿਹਾ ਜਾਂਦਾ ਹੈ ਪਰ ਕੀ ਸਿਰਫ ਉਸ ਸਮੇਂ ਦੀ ਹੀ ਗੁਰਬਾਣੀ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਗਈ ਉਹੀ ਮਹੱਤਤਾ ਹੈ ਤੇ ਉਸ ਤੋਂ ਅਸੀਂ ਸਿਰਫ ਸਿਰਫ ਅੰਮ੍ਰਿਤ ਵੇਲੇ ਹੀ ਉੱਠ ਕੇ ਅਸੀਂ ਪਾਠ ਪੂਜਾ ਕਰ ਲੈਣੀ ਤੇ ਬਾਕੀ ਸਾਰਾ ਦਿਨ ਜਿਹੜਾ ਹੈ ਉਹ ਐਵੇਂ ਬਤਾਈ ਜਾਣਾ ਇਸ ਸੰਬੰਧ ਵਿੱਚ ਦੱਸੋ ਕਿ ਕੀ ਗੁਰਬਾਣੀ ਕਹਿੰਦੀ ਹੈ ਸਭ ਤੋਂ ਪਹਿਲੀ ਗੱਲ ਇਹ ਕਿ ਜੋ ਸਾਡੀ ਮਰਿਆਦਾ ਜਾਂ ਸਾਡਾ ਇੱਕ ਸਿਸਟਮ ਆ ਜਿਹਨੂੰ ਅਸੀਂ ਫਾਲੋ ਕਰਦੇ ਮੰਨਦੇ ਆ ਜੀ ਉਹਦੇ ਮੁਤਾਬਕ ਅੰਮ੍ਰਿਤ ਵੇਲਾ ਅਸੀਂ ਕਿਉਂਕਿ ਇੱਕ ਇੱਕ ਸ਼ਬਦ ਹੁੰਦੇ ਨੇ ਫਲੋਸਫੀਕਲ ਇੱਕ ਹੁੰਦੇ ਨੇ ਕਲਚਰਲ ਜੀ ਜਦੋਂ ਕੋਈ ਸ਼ਬਦ ਕੋਈ ਚੀਜ਼ ਉਹਨੂੰ ਅਸੀਂ ਅਪਲਾਈ ਕਰਦੇ ਆ ਆਪਣੇ ਆਪ ਤੇ ਤਾਂ ਸੁਭਾਵਕ ਆ ਉਹਨੂੰ ਕਿਸੇ ਦਾਇਰੇ ਚ ਬੰਨ ਕੇ ਕਰਨਾ ਪੈਂਦਾ ਜੀ ਭਲੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਸੇ ਸਮੇਂ ਨੂੰ ਹੀ ਅੰਮ੍ਰਿਤ ਕਿਹਾ ਗਿਆ ਜਿਹੜਾ ਸਮਾਂ ਅਸੀਂ ਪ੍ਰਮਾਤਮਾ ਦੀ ਵਾਹਿਗੁਰੂ ਦੀ ਯਾਦ ਜਾਂ ਸੱਚ ਨਾਲ ਜੁੜ ਕੇ ਉਹਦੇ ਗੁਣਾਂ ਦਾ ਧਿਆਨ ਕਰਦੇ ਆ ਜੀਵਨ ਜਿਉਂਦੇ ਆ ਉਹ ਅੰਮ੍ਰਿਤ ਸਮਾਨ ਆ ਦੂਜਾ ਸਮਾਂ ਜ਼ਹਿਰ ਸਮਾਨ ਆ ਜਿਹੜਾ ਅਸੀਂ ਮਨਮਤ ਵਿਕਾਰਾਂ ਤੇ ਬਦੀ ਪਾਪ ਦੇ ਰਾਹ ਤੇ ਤੁਰ ਕੇ ਅਸੀਂ ਬਤੀਤ ਕਰਦੇ ਆ ਉਹ ਵੇਲਾ ਉਹ ਸਮਾਂ ਜ਼ਹਿਰ ਦੇ ਸਮਾਨ ਆ ਜੀ ਇਹ ਵੀ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿ ਜੇ ਵੇਲਾ ਵਕਤ ਵਿਚਾਰੀਆ ਤਾਂ ਕਿਤ ਵੇੜਾ ਭਗਤ ਹੋਏ ਠੀਕ ਵੀ ਜੇ ਅਸੀਂ ਸਮੇਂ ਦੀ ਬੰਦਿਸ਼ ਵਿੱਚ ਹੀ ਸਮੇਂ ਦੀ ਬੰਦਿਸ਼ ਨੂੰ ਹੀ ਭਗਤੀ ਆ ਕੀ ਇਹ ਤਾਂ ਫਿਰ ਦੱਸੋ ਕਿਹੜਾ ਵੇੜਾ ਸਹੀ ਹੋਣਾ ਚਾਹੀਦਾ ਭਾਵ ਹਰ ਉਹ ਵੇਲਾ ਹੀ ਚੰਗਾ ਹੈ ਜਦੋਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ ਪਰ ਇਹ ਕਿਉਂਕਿ ਇਹ ਸਾਡੀ ਜੀਵਨ ਨੂੰ ਦਿਸ਼ਾ ਨਿਰਦੇਸ਼ ਨੇ ਗੁਰੂ ਸਾਹਿਬਾਨ ਦੀ ਬਾਣੀ ਦੇ ਜੀ ਪਰ ਸਾਡਾ ਇੱਕ ਕੌਮੀ ਇੱਕ ਸੋਸ਼ਲ ਇੱਕ ਜਿਹੜਾ ਸਾਡੀ ਸੋਸਾਇਟੀ ਦਾ ਵੀ ਇੱਕ ਰੂਲ ਆ ਉਹਨੂੰ ਉਹਨੂੰ ਮर्यादा 'ਚ ਜਦੋਂ ਬੰਨਿਆ ਗਿਆ ਤਾਂ ਉਹਨੂੰ ਸਵੇਰ ਦਾ ਵਕਤ ਚੁਣਿਆ ਗਿਆ ਅੰਮ੍ਰਿਤ ਵੇਲਾ ਜਦੋਂ ਦਿਨ ਦੀ ਸ਼ੁਰੂਆਤ ਕਰਨੀ ਆ ਤੁਸੀਂ ਸਾਰੇ ਕੰਮ ਕਰਨ ਤੋਂ ਪਹਿਲਾਂ ਆਪਣਾ ਨਾਮ ਨਾਲ ਬਾਣੀ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਲੈਨੇ ਹੋ ਇੱਕ ਸੇਧ ਲੈਨੇ ਹੋ ਤਾਂ ਕਿ ਤੁਹਾਡਾ ਸਾਰਾ ਸਮਾਂ ਜਿਹੜਾ ਵਾ ਉਹ ਤੁਸੀਂ ਬਾਰ-ਬਾਰ ਗੁਰੂ ਸਾਹਿਬ ਦੀ ਬਾਣੀ ਪੜਨ ਤੋਂ ਸ਼ੁਰੂਆਤ ਕਰਕੇ ਬਾਣੀ ਦਾ ਆਸਰਾ ਲੈ ਕੇ ਬਾਣੀ ਦੇ ਸਿਧਾਂਤ ਨਾਲ ਜੁੜ ਕੇ ਉਪਦੇਸ਼ ਨਾਲ ਜੁੜ ਕੇ ਵੀ ਅਸੀਂ ਇੱਕ ਰੋਸ਼ਨੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਸਕੀਏ ਸੇਧ ਲੈ ਸਕੀਏ ਤਾਂ ਇੱਕ ਰੂਟੀਨ ਨਾਲ ਅਸੀਂ ਜੁੜੇ ਰਹੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਇਸ ਕਰਕੇ ਉਹਨੂੰ ਵੀ ਸਾਡੇ ਕਲਚਰ ਵਿੱਚ ਸਾਡੇ ਸੱਭਿਆਚਾਰ ਵਿੱਚ ਉਸ ਸਮੇਂ ਨੂੰ ਅੰਮ੍ਰਿਤ ਵੇਲੇ ਦੀ ਜਿਹੜਾ ਸ਼ਬਦ ਦਿੱਤਾ ਗਿਆ ਠੀਕ ਪਰ ਇਹਦੇ ਨਾਲ ਇਹ ਵੀ ਇਹ ਤਾਂ ਇੱਕ ਮर्यादा ਵਾ ਠੀਕ ਇਹ ਚੀਜ਼ਾਂ ਜਿੱਦੇ ਜਿੱਤੋਂ ਅਸੀਂ ਸੇਧ ਲੈਣੀ ਆ ਪਾਣੀ ਦਾ ਅਭਿਆਸ ਕਰਨਾ ਬਾਣੀ ਨੂੰ ਪੜ੍ਹਨਾ ਬਾਣੀ ਦੀ ਸਿੱਖਿਆ ਲੈਣੀ ਜੀ ਜਿਹੜੀ ਜਾਗਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਵੀ ਜਾਗ ਲਿਓ ਰੇ ਮਨਾਂ ਜਾਗ ਲਿਓ ਜਾਗਣਾ ਤਾਂ ਸਦਾ ਹੀ ਹੈ ਹੂੰ ਹੂੰ ਸੌਣਾ ਨਹੀਂ ਜਾਗਣਾ ਹੈ ਹੂੰ ਹੂੰ ਉਹ ਜਾਗਣਾ ਹੈ ਮਨ ਦਾ ਮਨ ਦੇ ਤਾਲ ਉਤੇ ਠੀਕ ਅੰਦਰੂਨੀ ਤੌਰ ਉਤੇ ਸੁਰਤ ਕਰਕੇ ਅਸੀਂ ਸੁਚੇਤ ਰਹਿਣਾ ਹੂੰ ਹੂੰ ਉਹ ਜਾਗਣ ਵਾਸਤੇ ਸਾਨੂੰ ਬਾਣੀ ਪੜ੍ਹਨੀ ਗੁਰੂ ਸਾਹਿਬ ਦਾ ਉਪਦੇਸ਼ ਸੁਣਨਾ ਸੰਗਤ ਵਿੱਚ ਬੈਠਣਾ ਚੰਗੇ ਗੁਣ ਧਾਰਨ ਕਰਨੇ ਤੇ ਉਹਨਾਂ ਗੁਣਾਂ ਦੀ ਪ੍ਰੈਕਟਿਸ ਕਰਨੀ ਤਾਂ ਕਿ ਅਸੀਂ ਅੰਦਰੂਨੀ ਤੌਰ ਉਤੇ ਸਦਾ ਸੁਚੇਤ ਰਹਿ ਕੇ ਚੰਗੇ ਗੁਣਾਂ ਨਾਲ ਜੁੜ ਕੇ ਵਿਕਾਰਾਂ ਤੋਂ ਮੰਦੀਆਂ ਆਤਾਂ ਤੇ ਮਾੜੇ ਖਿਆਲਾਂ ਤੋਂ ਮੁਕਤ ਹੋ ਕੇ ਅਸੀਂ ਸਚਿਆਰਾ ਜੀਵਨ ਜੀ ਸਕੀਏ ਇਸ ਵਾਸਤੇ ਗੁਰਬਾਣੀ ਤਾਂ ਸਾਨੂੰ ਸਦਾ ਹੀ ਜਾਗਣ ਵਾਸਤੇ ਪ੍ਰੇਰਨਾ ਕਰਦੀ ਹੈ ਰਾਈਟ ਤੁਸੀਂ ਲਵਸ ਇਸਤੇਮਾਲ ਕੀਤਾ ਬਾਣੀ ਦਾ ਅਭਿਆਸ ਤੇ ਇਹ ਅੱਜ ਲਵਸ ਜਿਹੜਾ ਨੇ ਜੀ ਅਭਿਆਸ ਇੱਕ ਬੜੇ ਵੱਖਰੇ ਤਰੀਕੇ ਨਾਲ ਕੌਮ 'ਚ ਅੱਗੇ ਆ ਰਿਹਾ ਜਿਸ ਵਿੱਚ ਕਿ ਬੜੇ ਵੱਖਰੇ ਵੱਖਰੇ ਔਰ ਤਰੀਕਿਆਂ ਬਾਰੇ ਦੱਸਿਆ ਜਾ ਰਿਹਾ ਕਿ ਇਹ ਇਹ ਚੀਜ਼ਾਂ ਇਸ ਅਭਿਆਸ ਨਾਲ ਤੁਸੀਂ ਵਾਹਿਗੁਰੂ ਨੂੰ ਜਪਨਾ ਹੈ ਵਾਹਿਗੁਰੂ ਨੂੰ ਯਾਦ ਕਰਨਾ ਹੈ ਹੈ ਸੋ ਬਾਣੀ ਦੇ ਅਭਿਆਸ ਤੋਂ ਥੋੜਾ ਜਿਹਾ ਮੈਂ ਚਾਹਾਂਗਾ ਇਹਨੂੰ ਜਿਹੜਾ ਫੋਕਸ ਕਰਕੇ ਸਾਨੂੰ ਦੱਸੋ ਅਭਿਆਸ ਦਾ ਮਤਲਬ ਹੈ ਜੀ ਪ੍ਰੈਕਟਿਸ ਠੀਕ ਜਦੋਂ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਬਾਣੀ ਦੇ ਵਿੱਚੋਂ ਬੜਾ ਕੁਝ ਸਾਡੇ ਜੀਵਨ ਦੀ ਸੇਧ ਵਾਸਤੇ ਪ੍ਰਾਪਤ ਹੁੰਦਾ ਪਰ ਉਹ ਤਦੋਂ ਹੋ ਸਕਦਾ ਜੇ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਵਿਚਾਰਦੇ ਹਾਂ ਦੋ ਗੱਲਾਂ ਨੇ ਜੀ ਪੜ੍ਹਨਾ ਪੜਨ ਦਾ ਅਰਥ ਆ ਵਿਚਾਰਨਾ ਸਮਝਣ ਵਾਸਤੇ ਗੁਰੂ ਸਾਹਿਬ ਦੇ ਉਪਦੇਸ਼ ਨਾਲ ਜੁੜਨ ਵਾਸਤੇ ਅਸੀਂ ਪੜਦੇ ਆ ਨਾ ਠੀਕ ਤਾਂ ਜੁੜਨ ਦਾ ਮਤਲਬ ਆ ਵੀ ਗੁਰੂ ਸਾਹਿਬ ਦਾ ਉਪਦੇਸ਼ ਸਾਨੂੰ ਸਮਝ ਆ ਰਿਹਾ ਅਸੀਂ ਉਹਨੂੰ ਕਿਵੇਂ ਆਪਣੀ ਜੀਵਨ ਵਿੱਚ ਅਪਲਾਈ ਕਰਨਾ ਇਸ ਗੱਲ ਦੀ ਵੀ ਵਿਚਾਰ ਅਸੀਂ ਨਾਲ ਨਾਲ ਕਰਦੇ ਜਾਣਾ ਰਾਈਟ ਤਾਂ ਜੋ ਕੁਝ ਸਾਡੀਆਂ ਕਮੀਆਂ ਨੇ ਉਹ ਵੀ ਸਾਡੇ ਧਿਆਨ ਚ ਰਹਿੰਦੀਆਂ ਨੇ ਜੋ ਗੁਰੂ ਸਾਹਿਬਾਂ ਦਾ ਰਸਤਾ ਵਾ ਉਹ ਵੀ ਸਾਡੇ ਧਿਆਨ ਵਿੱਚ ਰਹਿੰਦਾ ਵਾ ਇਹਨੂੰ ਕਹਿੰਦੇ ਨੇ ਬਾਣੀ ਪੜਨਾ ਬਾਣੀ ਸੁਣਨਾ ਬਾਣੀ ਗਾਉਣਾ ਕੋਈ ਵੀ ਤਰੀਕਾ ਹੋਵੇ ਰਾਈਟ ਸ਼ਰਤਿ ਕੋ ਮਕਸਦਿ ਕੋ ਵੀ ਬਾਣੀ ਤੋਂ ਸੇਧ ਲੈਣਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਇਸ ਰਾਹ ਤੇ ਤੁਰਨ ਵਾਸਤੇ ਅਸੀਂ ਚਾਹੇ ਬਾਣੀ ਪੜਦੇ ਆਂ ਚਾਹੇ ਗਾਉਂਦੇ ਆਂ ਚਾਹੇ ਸੁਣਦੇ ਆਂ ਚਾਹੇ ਵਿਚਾਰਦੇ ਆਂ ਉਹ ਜਿੰਨੇ ਵੀ ਮਾਰਗ ਨੂੰ ਪ੍ਰੈਕਟਿਸ ਨੇ ਅਭਿਆਸ ਉਹਨੂੰ ਕਿਹਾ ਜਾਂਦਾ ਪਰ ਕਿਉਂਕਿ ਅਭਿਆਸ ਸ਼ਬਦ ਨਾ ਇੱਕ ਧਾਰਮਿਕ ਜਿਹਾ ਸ਼ਬਦ ਹੋ ਗਿਆ ਇਹਨੂੰ ਮਿਸਯੂਜ਼ ਬਹੁਤ ਕੀਤਾ ਗਿਆ ਅਭਿਆਸ ਦਾ ਮਤਲਬ ਇਹ ਕੱਢ ਲਿਆ ਗਿਆ ਵਾ ਵੀ ਆਪਣੀ ਮਨਮਰਜ਼ੀ ਨਾਲ ਤੁਸੀਂ ਕੋਈ ਵੀ ਕੰਮ ਕਰੀ ਜਾਓ ਲਗਾਤਾਰ ਉਹ ਉਹ ਜੀ ਅਭਿਆਸ ਠੀਕ ਹੈ ਉਹ ਅਭਿਆਸ ਤਾਂ ਹੋ ਸਕਦਾ ਪ੍ਰੈਕਟਿਸ ਤੇ ਹੋ ਸਕਦੀ ਆ ਪਰ ਉਹ ਸ਼ਾਇਦ ਉਹ ਪ੍ਰੈਕਟਿਸ ਜਾਂ ਉਹ ਅਭਿਆਸ ਨਹੀਂਗਾ ਜਿਹਦੀ ਗੱਲ ਗੁਰਮਤ ਦਾ ਕਨਸੈਪਟ ਦੇ ਵਿੱਚ ਅਸੀਂ ਜਿਵੇਂ ਕਰਦੇ ਆ ਸੋ ਸੇਕ੍ਰੇਟ ਮਰਿਆਦਾ ਚ ਇੱਕ ਸ਼ਬਦ ਬੜਾ ਪਿਆਰਾ ਲਿਖਿਆ ਜੀ ਕਿ ਗੁਰਬਾਣੀ ਦਾ ਅਭਿਆਸ ਹੂੰ ਹੂੰ ਉਹਦੇ ਵਿੱਚ ਲਿਖਿਆ ਹੋਇਆ ਨਾਮ ਬਾਣੀ ਦਾ ਅਭਿਆਸ ਯਸ ਇਹ ਸ਼ਬਦ ਆ ਸਿਖ ਰਤ ਮਰਿਆਦਾ ਦੇ ਵਿੱਚ ਜੀ ਨਾਲ ਅੱਗੇ ਜਾ ਕੇ ਲਿਖਿਆ ਸੰਗਤ ਵਿੱਚ ਬੈਠਿਆਂ ਗੁਰਬਾਣੀ ਦਾ ਅਸਰ ਵਧੇਰੇ ਹੁੰਦਾ ਹੈ ਹੂੰ ਹੂੰ ਉਸ ਦਾ ਕਾਰਨ ਆ ਵੀ ਉੱਥੇ ਕੁਝ ਸੁਣਨ ਨੂੰ ਕੁਝ ਸਮਝਣ ਨੂੰ ਕੁਝ ਲੋਕ ਇੱਕ ਸੋਸਾਇਟੀ ਬਣ ਜਾਂਦੀ ਆ ਇੱਕੋ ਜਿਹੇ ਖਿਆਲਾਂ ਵਾਲੇ ਦੀ ਉੱਥੇ ਬੈਠਣ ਉਹਦਾ ਸੁਭਾਵਿਕ ਮਾਨ ਉਤੇ ਅਸਰ ਪੈਂਦਾ ਜੀ ਤਾਂ ਜਿਹੜਾ ਨਾਮ ਬਾਣੀ ਦਾ ਅਭਿਆਸ ਸ਼ਬਦ ਆ ਹੂੰ ਹੂੰ ਗੁਰੂ ਸੇ ਬਾਣੀ ਬਾਣੀ ਵਾਹੀ ਗੁਰੂ ਦੀ ਯਾਦ ਨੂੰ ਦ੍ਰਿੜ ਕਰਨ ਵਾਸਤੇ ਜੋ ਅਸੀਂ ਯਤਨ ਕਰਦੇ ਆ ਉਹਦੀ ਪ੍ਰੈਕਟਿਸ ਸੰਗਤ ਉਹਦੀ ਅੱਗੇ ਅੱਗੇ ਵੀ ਤੇ ਜ਼ਿਕਰ ਕੀਤਾ ਹੋਇਆ ਨਾ ਵੀ ਕਿਵੇਂ ਅਭਿਆਸ ਕਰਨਾ ਠੀਕ ਤੋਂ ਸੰਗਤ ਵਿੱਚ ਬਾਣੀ ਪੜਨੀ ਪੜੀ ਜਾਂਦੀ ਆ ਕੀਰਤਨ ਹੁੰਦਾ ਇਤਿਹਾਸ ਹੁੰਦਾ ਸਭ ਕੁਝ ਉਹ ਸਾਰੀ ਇੱਕ ਪ੍ਰੈਕਟਿਸ ਆ ਉਹ ਸਾਰਾ ਇੱਕ ਅਭਿਆਸ ਉਹਦਾ ਅੱਗੇ ਜਾ ਕੇ ਫਿਰ ਉਹਨੂੰ ਐਕਸਪਲੇਨ ਕੀਤਾ ਉਹਦੀ ਵਿਆਖਿਆ ਵੀ ਸਿਖ ਰਹਿਤ ਮਰਿਆਦਾ ਦੇ ਵਿੱਚ ਗੁਰਦੁਆਰੇ ਦੇ ਸਰਲੇਖ ਹੇਠਲੇ ਕੀਤੀ ਹੋਈ ਜੀ ਅਮਰਤ ਵੇਲਾ ਸਚਨਾ ਉਹ ਵਡਿਆਈ ਵਿਚਾਰ ਵਡਿਆਈ ਵਿਚਾਰਨ ਦੀ ਜਿਹੜੀ ਗੱਲ ਕੀਤੀ ਕੀ ਵਿਚਾਰ ਨੇ ਕਿਉਂਕਿ ਬਾਣੀ ਬਾਰ-ਬਾਰ ਸਟ्रेस ਕਰਦੀ ਹੈ ਵਿਚਾਰਨ ਦੇ ਉੱਤੇ ਪੜਪੜ ਗੱਡੀ ਲਦੀ ਵਾਲੀ ਗੱਲ ਨਹੀਂ ਹੈਗੀ ਲੇਕਿਨ ਅੱਜ ਇਹ ਵੀ ਸਾਡੇ 'ਚ ਬਹੁਤ ਪ੍ਰਚਲਿਤ ਹੋ ਰਹੀ ਹੈ ਗੱਲਬਾਤ ਕਿ ਕੁਝ ਦਿਨ ਲਈ ਤਾਂ ਅਸੀਂ ਇਹ ਅਭਿਆਸ ਕਰ ਲੈਨੇ ਆ ਪਰ ਸਾਡਾ ਉਹ ਜੋ ਰੋਜ਼ਮਰਾਂ ਜ਼ਿੰਦਗੀ ਹੈ ਉਸ ਵਿੱਚ ਉਹ ਚੀਜ਼ਾਂ ਰਿਫਲੈਕਟ ਨਹੀਂ ਹੋ ਰਹੀਆਂ ਸੋ ਗੁਰਬਾਣੀ ਜਿਹੜਾ ਸਾਨੂੰ ਉਪਦੇਸ਼ ਕਰਦੀ ਹੈ ਵਿਚਾਰਨ ਦੀ ਉਸ ਦੀ ਕਿਹੜੀ ਵਿੜਾਈ ਨੂੰ ਅਸੀਂ ਵਿਚਾਰਨਾ ਤੇ ਕੀ ਉਸ ਤੋਂ ਗ੍ਰਹਿਣ ਕਰਕੇ ਆਪਣੇ ਜੀਵ ਨੂੰ ਚਲਾਕੂ ਕਰਨਾ ਕਿਉਂਕਿ ਸਾਡੇ ਵਾਸਤੇ ਤਾਂ ਸਾਡਾ ਨਿਸ਼ਾਨਾ ਵਾ ਗੁਰੂ ਦੀ ਬਾਣੀ ਠੀਕ ਜੋ ਗੁਰੂ ਸਹਿਬਾਨ ਨੇ ਆਪਣੀ ਬਾਣੀ ਵਿੱਚ ਭਗਤ ਸਹਿਬਾਨਾਂ ਮਹਾਂਪੁਰਖਾਂ ਨੇ ਜੋ ਆਪਣੀ ਬਾਣੀ ਦੇ ਵਿੱਚ ਕਿਹਾ ਜੀ ਅਸੀਂ ਤਾਂ ਉਸ ਤੋਂ ਵੱਧ ਸੇਧ ਹੋਰ ਕਿਤੋਂ ਨਹੀਂ ਲੈ ਸਕਦੇ ਸਾਡੇ ਵਾਸਤੇ ਤਾਂ ਸਾਡਾ ਜਿਹੜਾ ਮੁਖ ਧੁਰਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੀ ਤੋ ਰੱਬ ਦੀ ਵਡਿਆਈ ਨੂੰ ਅਸੀਂ ਬਾਣੀ ਦੇ ਅਕੋਰਡਿੰਗ ਵੇਖਾਂਗੇ ਕਿ ਕਿਵੇਂ ਵਿਚਾਰਿਆ ਜਾਣਾ ਹੂੰ ਹੂੰ ਤੋ ਬਾਣੀ ਦੀ ਜਦੋਂ ਅਸੀਂ ਵਿਚਾਰ ਕਰਦੇ ਬਾਣੀ ਹੈ ਹੀ ਰੱਬ ਦੀ ਸਿਫਤਸਲਾ ਰਾਈਟ ਤੋ ਬਾਣੀ ਨੂੰ ਵਿਚਾਰਨਾ ਉਹਦੀਆਂ ਵਡਿਆਈਆਂ ਨੇ ਕਿਉਂਕਿ ਬਾਣੀ ਤੋਂ ਵਧੇਕ ਵਡਿਆਈ ਤਾਂ ਮੈਂ ਜਾਂ ਤੁਸੀਂ ਜਾਂ ਕੋਈ ਹੋਰ ਆਪਾਂ ਨੂੰ ਨਹੀਂ ਨਾ ਦੱਸ ਸਕਦਾ ਰੱਬ ਦੀ ਕੀ ਵਡਿਆਈ ਆ ਉਹ ਤਾਂ ਕਬੀਰ ਸਾਹਿਬ ਤੋਂ ਬਿਹਤਰ ਕੌਣ ਦੱਸ ਸਕਦਾ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਇਹਨਾਂ ਮਹਾਨ ਪੁਰਖਾਂ ਤੋਂ ਬਿਹਤਰ ਕੌਣ ਦੱਸ ਸਕਦਾ ਤੋ ਅਸੀਂ ਉਹਨਾਂ ਦੀ ਬਾਣੀ ਨੂੰ ਪੜ੍ਹਦੇ ਆ ਸੁਣਦੇ ਆ ਉਹਦੇ ਚ ਜੋ ਕੁਝ ਦੱਸਿਆ ਉਹਨੂੰ ਅਸੀਂ ਧਾਰਨ ਕਰਦੇ ਆ ਅਪਲਾਈ ਕਰਦੇ ਆ ਉਹਦੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡਾ ਵੀ ਜੀਵਨ ਉਸ ਤਰ੍ਹਾਂ ਦਾ ਬਣੇ ਜਿਸ ਤਰ੍ਹਾਂ ਦਾ ਸਾਡੇ ਗੁਰੂ ਸਾਹਿਬਾਨਾ ਸਾਡੇ ਲਈ ਆਈਡੀਅਲ ਉਹੀ ਨੇ ਤਾਂ ਇਸ ਕਰਕੇ ਅਸੀਂ ਉਹਨਾਂ ਵੱਲ ਵੇਖ ਕੇ ਤੁਰਨਾ ਜਿਵੇਂ ਉਹਨਾਂ ਨੇ ਬਾਣੀ ਦੇ ਵਿੱਚ ਰੱਬ ਦੇ ਜੋ ਗੁਣ ਦੱਸੇ ਨੇ ਵਡਿਆਈ ਦੱਸੀ ਆ ਜੋ ਖੂਬੀ ਦੱਸੀ ਆ ਉਹਨੂੰ ਅਸੀਂ ਆਪਣੇ ਜੀਵਨ ਵਿੱਚ ਉਹ ਉਹ ਸਮਝਣਦੇ ਆ ਵਿਚਾਰਦੇ ਆ ਤੇ ਧਾਰਨ ਕਰਦੇ ਇਹ ਹੈ ਉਹਦੀਆਂ ਵਡਿਆਈਆਂ ਨਾਲ ਜੁੜਨ ਦਾ ਇੱਕ ਬੜਾ ਹੀ ਸੁਖੈਨ ਜਿਹਨੂੰ ਭਾਈ ਗੁਰਦਾਸ ਜੀ ਗਾਢੀ ਰਾ ਸਿੰਪਲ ਰਸਤਾ ਸੌਖਾ ਰਸਤਾ ਕਹਿੰਦੇ ਨੇ ਰਾਈਟ ਐਂ ਇਸ ਵਾਸਤੇ ਜਿਸ ਤਰ੍ਹਾਂ ਅੰਮ੍ਰਿਤ ਵੇਲੇ ਦੀ ਜਿਸ ਜਿਹੜੀ ਗੱਲ ਕੀਤੀ ਹੈ ਹਮੇਸ਼ਾ ਜਾਗਣ ਦਾ ਉਪਦੇਸ਼ ਸਾਨੂੰ ਗੁਰੂ ਸਾਹਿਬ ਦਿੰਦੇ ਨੇ ਅਤੇ ਇਹ ਜਾਗਣ ਦੀ ਬਾਰੇ ਤੁਸੀਂ ਕਿਹਾ ਕਿ ਗੁਰਬਾਣੀ ਨੂੰ ਵਿਚਾਰ ਕੇ ਅਸੀਂ ਪੜਹੀਏ ਸਮਝੀਏ ਆਪਣੇ ਜੀਵਨ ਤੇ ਲਾਗੂ ਕਰੀਏ ਪਰ ਮਨ ਜਿਹੜਾ ਹੈਗਾ ਬੜਾ ਚੰਚਲ ਹੈਗਾ ਮਨ ਹਰ ਪਾਸੇ ਭਜਦਾ ਹੈ ਸੁਣਨ ਨੂੰ ਤਿਆਰ ਨਹੀਂ ਸਿਰਫ ਸੁਣਨ ਨੂੰ ਤਿਆਰ ਹੈ ਪਰ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ ਤੇ ਉਹਦੇ ਵਾਸਤੇ ਵੀ ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਹੈਗਾ ਕਿ ਇਸ ਮਨ ਨੂੰ ਕਿਵੇਂ ਕੰਟਰੋਲ ਵਿੱਚ ਕਰਨਾ ਹੈ ਬਰੀਫਲੀ ਮੈਂ ਚਾਹਾਂਗਾ ਅਖੀਰ ਵਿੱਚ ਤੁਸੀਂ ਸਾਨੂੰ ਜ਼ਰੂਰ ਦੱਸੋ ਮਨ ਕੀ ਹੈ ਜੀ ਮਨ ਕੋਈ ਸਾਡੀ ਬਾਡੀ ਦਾ ਕੋਈ ਹਿੱਸਾ ਨਹੀਂਗਾ ਪਰ ਵੇਖੋ ਉਹ ਕੋਈ ਦਿਸਦੀ ਚੀਜ਼ ਨਹੀਂ ਹੈ ਪਰ ਇਸ ਤਰ੍ਹਾਂ ਦੀ ਨਾ ਹੋ ਕੇ ਵੀ ਸਾਰਾ ਕੁਝ ਉਹੀ ਹੈ ਸਾਡੇ ਸਾਰੇ ਸਰੀਰ ਦਾ ਜੀਵਨ ਦਾ ਕੰਟਰੋਲ ਮਨ ਮਨ ਕੀ ਆ ਵਿਚਾਰਾਂ ਦਾ ਸੰਗ੍ਰਹਿ ਜੀ ਗੁਰਬਾਣੀ ਚ ਇੱਕ ਬੜਾ ਕੀਮਤੀ ਉਹ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਹਿੰਦੇ ਗੁਰ ਕੈ ਸ਼ਬਦ ਬਣਾਵੋ ਇਹ ਮਨ ਹੂੰ ਹੂੰ ਹੁਣ ਮਨਮ ਨਮਾ ਬਣਾ ਲਓ ਜੀ ਵੀ ਗੁਰੂ ਦੇ ਸ਼ਬਦ ਨਾਲ ਹੀ ਮਨ ਦੀ ਘਾੜਤ ਘੜ ਲਓ ਤਿੱਥੇ ਘੜੀਐ ਸੁਰਤ ਮਤਮਨ ਬੁੱਧ ਹੂੰ ਹੂੰ ਮਨ ਦੀ ਘਾੜਤ ਕਰੋ ਮਨ ਅੰਦਰ ਜਾਗਰਤ ਪੁਰਾਣੇ ਵਿਚਾਰ ਕੱਢਣ ਵਾਸਤੇ ਵੀ ਤੁਹਾਨੂੰ ਪ੍ਰੈਕਟਿਸ ਕਰਨੀ ਪੈਂਦੀ ਆ ਨਵੇਂ ਵਿਚਾਰ ਤੁਹਾਨੂੰ ਜੀਵਨ ਚ ਲਿਆਉਣ ਵਾਸਤੇ ਵੀ ਤੁਹਾਨੂੰ ਇੱਕ ਕਿਸਮ ਦੀ ਮਸ਼ੱਕਤ ਕਰਨੀ ਪੈਂਦੀ ਆ ਕਿਉਂਕਿ ਵਿਚਾਰਾਂ ਨੂੰ ਵਿਚਾਰਾਂ ਨਾਲ ਬਦਲਿਆ ਜਾ ਸਕਦਾ ਬਿਲਕੁਲ ਖਿਆਲਾਂ ਨੂੰ ਖਿਆਲਾਂ ਨਾਲ ਬਟਾਇਆ ਜਾ ਸਕਦਾ ਤਾਂ ਜਿਹੋ ਜਿਹੇ ਖਿਆਲ ਸਾਡੇ ਅੰਦਰ ਬਣੇ ਸਾਡਾ ਜੀਵਨ ਉਹ ਵੈਸਾ ਹੀ ਚੱਲੇਗਾ ਉਹ ਵਿਚਾਰਾਂ ਦਾ ਜਿਹੜਾ ਸੰਗ੍ਰਹਿ ਆ ਜਿਹੜਾ ਘਾਰ ਆ ਉਹਨੂੰ ਮਨ ਕਹਿੰਦੇ ਨੇ ਤਾਂ ਜਦੋਂ ਅਸੀਂ ਗੁਰਬਾਣੀ ਦੇ ਵਿਚਾਰ ਨੂੰ ਆਪਣੇ ਉੱਤੇ ਲਾਗੂ ਕਰਦੇ ਆ ਜੀ ਇਹਨੂੰ ਗੁਰੂ ਸਾਹਿਬ ਕਹਿੰਦੇ ਨੇ ਗਿਆਨ ਕਾ ਬੱਧਾ ਮੰਨ ਰਹਾ ਹੈ ਗੁਰਬਿਨ ਗਿਆਨ ਨਾ ਹੋਏ ਹੂੰ ਹੂੰ ਤੁਰਕ ਤਰੀਕਤ ਜਾਨੀਏ ਹਿੰਦੂਸਨ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ੂਕ ਪੜੀਏ ਗਿਆਨ ਤਾਂ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅਸੀਂ ਉਹਦਾ ਅਭਿਆਸ ਉਹਦੀ ਪ੍ਰੈਕਟਿਸ ਕਰੀ ਉਹਨੂੰ ਧਾਰਨ ਕਰਨ ਦੀ ਉਹਨੂੰ ਆਪਣੇ ਅੰਦਰ ਲਿਆਉਣ ਦੀ ਈਵੇਂ ਹੌਲੀ ਹੌਲੀ ਮਨ ਦੀ ਅਵਸਥਾ ਆਪਣੇ ਆਪ ਚੇਂਜ ਹੋ ਜਾਂਦੀ ਹੈ ਸੋ ਬਿਲਕੁਲ ਗਿਆਨ ਜਿਹੜਾ ਹੈ ਇਹੀ ਸਾਡਾ ਗੁਰੂ ਹੈਗਾ ਤੇ ਗਿਆਨ ਦੇ ਨਾਲ ਜਦੋਂ ਅਸੀਂ ਕੁਝ ਵੀ ਕਰਾਂਗੇ ਤਾਂ ਉਸ ਨਾਲ ਆਟੋਮੈਟਿਕਲੀ ਅਸੀਂ ਉਸ ਗੁਰਬਾਣੀ ਦੇ ਵਿੱਚੋਂ ਸਾਨੂੰ ਉਪਦੇਸ਼ ਮਿਲਦਾ ਹੈ ਕਿ ਗੁਰੂ ਦੀ ਸੋਚ ਜਿਹੜੀ ਹੈ ਉਸ ਨੂੰ ਆਪਣੇ ਜੀਵਨ ਵਿੱਚ ਅਸੀਂ ਧਾਰਨ ਕਰਾਂਗੇ ਤਾਂ ਆਟੋਮੈਟਿਕਲੀ ਅਸੀਂ ਮਨ ਨੂੰ ਆਪਣੇ ਨੂੰ ਜਗਾ ਲਾਂਗੇ ਤਾਂ ਅੰਮ੍ਰਿਤ ਵੇਲਾ ਦਾ ਜਿਹੜਾ ਵਡਿਆਈ ਦਾ ਜਿਹੜਾ ਕਨਸੈਪਟ ਹੈਗਾ ਹਮੇਸ਼ਾ ਹੀ ਸਾਡੇ ਮਨ ਵਿੱਚ ਚੱਲਦਾ ਰਹੇਗਾ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ